ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜ਼ੈਡ ਨਿਊਜ਼ ਤੇ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ। ਜੀ ਹਾਂ, T20 ਵਿਸ਼ਵ ਕੱਪ 2024 ਦਾ ਦੂਜਾ ਸੈਮੀਫਾਈਨਲ ਮੈਚ ਹੋ ਚੁੱਕਿਆ ਤੇ ਮੈਚ ਭਾਰਤ ਅਤੇ ਇੰਗਲੈਂਡ ਦੇ ਵਿਚਾਲੇ ਖੇਡਿਆ ਗਿਆ ਸੀ ਤਾਂ ਬਿਲਕੁਲ ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਜੀ ਹਾਂ, ਹਾਲਾਂਕਿ ਸ਼ੁਰੂਆਤ 'ਚ ਮੀਂਹ ਕਾਰਨ ਕਾਫੀ ਵਾਰ ਮੈਚ ਰੁਕਿਆ ਸੀ, ਪਰ ਭਾਰਤੀ ਟੀਮ ਨੇ ਆਪਣਾ ਦਮ ਦਿਖਾਉਂਦੇ ਹੋਏ ਮੈਚ ਤੇ ਆਪਣਾ ਨਾਂ ਕਰ ਲਿਆ ਤਾਂ ਬਿਲਕੁਲ ਭਾਰਤ ਨੇ ਸੈਮੀਫਾਈਨਲ 'ਚ ਇੰਗਲੈਂਡ 68 ਦੌੜਾਂ ਦੇ ਨਾਲ ਹਰਾ ਕੇ T20 ਵਿਸ਼ਵ ਕੱਪ ਦੇ ਫਾਈਨਲ 'ਚ ਜਗ੍ਹਾ ਬਣਾ ਲਈ। ਹਾਲਾਂਕਿ ਭਾਰਤ ਹੁਣ ਸ਼ਨੀਵਾਰ ਨੂੰ ਖਿਤਾਬੀ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਦਾ ਸਾਹਮਣਾ ਕਰੇਗਾ ਤਾਂ ਬਿਲਕੁਲ 29 ਜੂਨ ਨੂੰ ਫਾਈਨਲ ਮੈਚ ਹੋਵੇਗਾ ਤੇ ਟੱਕਰ ਹੋਵੇਗੀ ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਕਾਰ। ਤਾਂ ਦੇਖਣਾ ਇਹ ਹੋਵੇਗਾ ਕਿ ਜਿੱਤ ਦਾ ਖਿਤਾਬ ਆਖਿਰਕਾਰ ਕੌਣ ਹਾਸਲ ਕਰਦਾ। ਤਾਂ ਬਿਲਕੁਲ ਇਸ ਤਰ੍ਹਾਂ ਭਾਰਤੀ ਟੀਮ ਨੇ 10 ਸਾਲ ਦੇ ਲੰਬੇ ਵਕਫੇ ਤੋਂ ਬਾਅਦ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕੀਤਾ ਹੈ। ਭਾਰਤ ਇਸ ਤੋਂ ਪਹਿਲਾਂ 2014 'ਚ T20 ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚਿਆ ਸੀ। ਤਾਂ ਤੀਜੀ ਵਾਰ ਜਦੋਂ ਭਾਰਤੀ ਟੀਮ ਦੀ T20 ਵਿਸ਼ਵ ਕੱਪ ਦਾ ਖਿਤਾਬ ਮੁਕਾਬਲਾ ਖੇਡੇਗੀ। ਇਸ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ ਟੀਮ ਨੇ 2007 ਤੇ 2014 'ਚ ਫਾਈਨਲ 'ਚ ਪ੍ਰਵੇਸ਼ ਕੀਤਾ ਸੀ। ਤਾਂ ਭਾਰਤ ਨੇ 2007 ਦੇ ਵਿੱਚ ਜਿੱਤ ਦਰਜ ਕੀਤੀ ਸੀ, ਜਦਕਿ 2014 'ਚ ਖਿਤਾਬ ਤੋਂ ਵਾਂਝਾ ਰਹਿ ਗਿਆ ਸੀ। ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਸੈਮੀਫਾਈਨਲ ਮੈਚ ਦੇ ਵਿੱਚ ਇੰਗਲੈਂਡ ਨੂੰ 68 ਦੌੜਾਂ ਦੇ ਨਾਲ ਮਾਤ ਦੇ ਕੇ ਭਾਰਤ ਨੇ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। 3 ਵਿਕਟਾਂ ਲੈ ਅਕਸ਼ਰ ਪਟੇਲ ਜਿਹੜੇ ਨੇ ਉਹ ਮੈਨ ਆਫ ਦਾ ਮੈਚ ਬਣ ਗਏ। ਤਾਂ ਬਿਲਕੁਲ 3 ਵਿਕਟਾਂ ਲੈ ਕੇ ਅਕਸ਼ਰ ਪਟੇਲ ਨੇ ਜਿਹੜੇ ਮੈਨ ਆਫ ਦਾ ਮੈਚ ਬਣ ਗਏ ਨੇ। ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਰੋਹਿਤ ਸ਼ਰਮਾ ਦੀਆਂ 39 ਗੇਂਦਾਂ ਤੇ 57 ਦੌੜਾਂ, ਸੂਰਿਆ ਕੁਮਾਰ ਯਾਦਵ ਦੀਆਂ 47 ਦੌੜਾਂ ਦੀ ਪਾਰੀ ਦੇ ਦਮ ਤੇ 20 ਓਵਰਾਂ 'ਚ 7 ਵਿਕਟਾਂ ਤੇ 171 ਦੌੜਾਂ ਬਣਾਈਆਂ। ਤਾਂ ਬਿਲਕੁਲ ਟੀਚੇ ਦਾ ਪਿੱਛਾ ਕਰਨ ਉੱਤਰੀ ਇੰਗਲੈਂਡ ਦੀ ਟੀਮ ਹੈ ਜਿਹੜੀ 16.4 ਓਵਰਾਂ 'ਚ 103 ਦੌੜਾਂ ਤੇ ਢੇਰ ਹੋ ਗਈ। ਤਾਂ ਭਾਰਤ ਲਈ ਰਿਸਰਚ ਸਪਿਨਰ ਕੁਲਦੀਪ ਯਾਦਵ ਨੇ 19 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦਕਿ ਅਕਸ਼ਰ ਪਟੇਲ ਨੇ 23 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਤਾਂ ਇਸ ਵਕਤ ਦੀ ਵੱਡੀ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਜੀ ਹਾਂ, ਭਾਰਤ ਅਤੇ ਇੰਗਲੈਂਡ ਦੇ ਵਿਚਕਾਰਲੇ ਸੈਮੀਫਾਈਨਲ ਮੈਚ ਆ ਜਿਹੜਾ ਖੇਡਿਆ ਗਿਆ ਸੀ ਤੇ ਭਾਰਤ ਨੇ ਇੰਗਲੈਂਡ ਨੂੰ 68 ਦੌੜਾਂ ਹਰਾ ਕੇ ਸੈਮੀਫਾਈਨਲ ਦੇ ਵਿੱਚ ਜਗ੍ਹਾ ਪੱਕੀ ਕਰ ਲਈ ਤੇ ਹੁਣ ਫਾਈਨਲ ਦੇ ਵਿੱਚ ਮੈਚ ਹੋਏਗਾ ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ। ਤੇ ਦੇਖਣਾ ਇਹ ਹੋਵੇਗਾ ਕਿ ਖਿਤਾਬ ਜਿੱਤ ਦਾ ਕਿਸ ਨੂੰ ਮਿਲੇਗਾ। ਤਾਂ ਤੁਹਾਡੀ ਕੀ ਹੈ ਰਾਏ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ।